प्यारे बच्चों सत श्री अकाल आज ਆਪਾਂ ਜਮਾਤ ਦੂਸਰੀ ਵਿਸ਼ਾਗਣਿਤ ਪੰਨਾ ਨੰਬਰ 61 ਉੱਪਰ ਦੋ ਅੰਕਾਂ ਦੀ ਸੰਖਿਆ ਦਾ ਦੋ ਅੰਕਾਂ ਦੀ ਸੰਖਿਆ ਨਾਲ ਵੱਖ-ਵੱਖ ਤਰੀਕੇ ਜੋੜ ਕਰਨਾ ਸਿੱਖਾਂਗੇ ਹਰਮਨ ਕੋਲ 36 ਰੁਪਏ ਹਨ 10 ਰੁਪਏ ਦੇ ਤਿੰਨ ਨੋਟ ਅਤੇ 1 ਰੁਪਏ ਦੇ 6 ਨੋਟ ਹਰਮਨ ਦੇ ਪਿਤਾ ਜੀ ਨੇ ਉਸ ਨੂੰ 22 ਰੁਪਏ ਹੋਰ ਦਿੱਤੇ 10 ਰੁਪਏ ਦੇ ਦੋ ਨੋਟ ਅਤੇ 1 ਰੁਪਏ ਦੇ ਦੋ نوٹ ਵੀ ਦੋ ਬਾਈ ਬੱਚਿਓ ਆਓ ਪਤਾ ਕਰੀਏ ਹਰਮਨ ਕੋਲ ਸਾਰੇ ਕਿੰਨੇ ਰੁਪਏ ਹਨ ਆਓ ਪਹਿਲੇ ਤਰੀਕੇ ਵਿੱਚ ਦੇਖੀਏ ਅਸੀਂ 22 ਰੁਪਏ ਨੂੰ ਕਿਸ ਤਰ੍ਹਾਂ ਰੱਖਦੇ ਹਾਂ 10 10 2 36 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ 46 ਰੁਪਏ 46 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ ਸ਼ਾਬਾਸ਼ 55 ਰੁਪਏ 15 ਰੁਪਏ ਵਿੱਚ 2 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ 58 ਰੁਪਏ ਇਸ ਤਰ੍ਹਾਂ ਹਰਮਨ ਕੋਲ ਸਾਰੇ 58 ਰੁਪਏ ਹਨ ਹਾਂ ਹੁਣ ਦੂਸਰੇ ਤਰੀਕੇ ਦੇਖੀਏ ਬਾਹਰ ਪੈਨ ਨੂੰ ਕਿਸ ਤਰ੍ਹਾਂ ਰੱਖਦੇ ਹਾਂ 2 2 36 ਰੁਪਏ ਵਿੱਚ 20 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ 56 ਰੁਪਏ 56 ਰੁਪਏ ਵਿੱਚ 2 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ ਸ਼ਾਬਾਸ਼ 58 ਰੁਪਏ ਇਸ ਤਰ੍ਹਾਂ ਹਰਮਨ ਕੋਲ ਸਾਰੇ 58 ਰੁਪਏ ਹਨ ਬੱਚਿਓ ਆਓ ਅੱਗੇ ਦੇਖੀਏ 36 ਰੁਪਏ ਅਤੇ 22 ਰੁਪਏ ਨੂੰ ਅਸੀਂ ਹੋਰ ਕਿਸ ਤਰ੍ਹਾਂ ਰੱਖ ਸਕਦੇ ਹਾਂ 30 6 36 v 2 ਆਓ ਹੁਣ ਆਪਾਂ 10 ਰੁਪਏ ਦੇ ਕਰੰਸੀ ਨੋਟਾਂ ਨੂੰ ਇੱਕ ਪਾਸੇ ਇਕੱਠੇ ਕਰ ਦਈਏ ਅਤੇ 1 ਰੁਪਏ ਦੇ ਕਰੰਸੀ ਨੋਟਾਂ ਨੂੰ ਦੂਸਰੇ ਪਾਸੇ ਇਕੱਠੇ ਕਰ ਦਈਏ 30 ਰੁਪਏ ਵਿੱਚ 20 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ ਸ਼ਾਬਾਸ਼ 50 ਰੁਪਏ 6 ਰੁਪਏ ਵਿੱਚ 2 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ 8 ਰੁਪਏ 50 ਰੁਪਏ ਵਿੱਚ 8 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ ਸ਼ਾਬਾਸ਼ 58 ਰੁਪਏ ਇਸ ਤਰ੍ਹਾਂ ਹਰਮਨ ਕੋਲ ਸਾਰੇ 58 ਰੁਪਏ ਹਨ ਬੱਚਿਓ ਅੱਜ ਤੁਸੀਂ ਦੋ ਅੰਕਾਂ ਦੀ ਸੰਖਿਆ ਨੂੰ ਦੋ ਅੰਕਾਂ ਦੀ ਸੰਖਿਆ ਵਿੱਚ ਜੋੜਨਾ ਸਿੱਖਿਆ ਹੈ ਪਹਿਲੇ ਤਰੀਕੇ ਵਿੱਚ ਇੱਕ ਸੰਖਿਆ ਨੂੰ 10 10 ਦੋ ਵਿੱਚ ਤੋੜ ਕੇ ਦੂਸਰੇ ਤਰੀਕੇ ਵਿੱਚ ਇੱਕ ਸੰਖਿਆ ਨੂੰ 20 ਅਤੇ ਦੋ ਵਿੱਚ ਤੋੜ ਕੇ ਅਤੇ ਤੀਸਰੇ ਤਰੀਕੇ ਵਿੱਚ ਦੋਵਾਂ ਸੰਖਿਆਵਾਂ ਨੂੰ ਤੋੜ ਕੇ ਬੱਚਿਓ ਆ ਹੁਣ ਪੰਨਾ ਨੰਬਰ 62 ਉੱਪਰ ਦਿੱਤੇ ਇੱਕ ਸੰਖਿਆ ਤੋੜ ਕੇ ਜੋੜ ਕਰੋ ਦੇ ਸਵਾਲ ਹੱਲ ਕਰੀਏ ਸਵਾਲ ਹੈ 40 20 ਬੱਚਿਓ ਆਓ ਕਰੰਸੀ ਨੋਟਾਂ ਦੀ ਵਰਤੋਂ ਕਰਕੇ ਇਸ ਸਵਾਲ ਨੂੰ ਹੱਲ ਕਰਦੇ ਹਾਂ 10 20 30 40 40 ਲਈ 10 ਰੁਪਏ ਦੇ 4 ਨੋਟ ਅਤੇ 10 20 20 ਲਈ 10 ਰੁਪਏ ਦੇ 2 ਨੋਟ ਲੈਂਦੇ ਹਾਂ ਬੱਚਿਓ ਅਸੀਂ 20 ਰੁਪਏ ਨੂੰ ਹੋਰ ਕਿਸ ਤਰ੍ਹਾਂ ਰੱਖ ਸਕਦੇ ਹਾਂ 10 10 40 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ ਹਾਂਜੀ 50 ਰੁਪਏ 50 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ 60 ਰੁਪਏ ਇਸ ਤਰ੍ਹਾਂ 40 ਅਤੇ 20 ਦਾ ਜੋੜ 60 ਹੈ ਆਓ ਇੱਕ ਹੋਰ ਸਵਾਲ ਹੱਲ ਕਰੀਏ 78 ਜੋੜ 21 ਬੱਚਿਓ 78 ਲਈ 10 ਰੁਪਏ ਦੇ 7 ਨੋਟ ਅਤੇ 1 ਰੁਪਏ ਦੇ 8 ਨੋਟ ਲਵਾਂਗੇ 21 ਲਈ 10 ਰੁਪਏ ਦੇ 2 ਨੋਟ ਅਤੇ 1 ਰੁਪਏ ਦਾ 1 ਨੋਟ ਲਵਾਂਗੇ। ਬੱਚਿਓ 21 ਰੁਪਏ ਨੂੰ ਹੋਰ ਕਿਸ ਤਰ੍ਹਾਂ ਰੱਖ ਸਕਦੇ ਹਾਂ? 10 10 1 78 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? ਹਾਂਜੀ 88 ਰੁਪਏ। 88 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? ਸ਼ਾਬਾਸ਼ 98 ਰੁਪਏ 98 ਰੁਪਏ ਵਿੱਚ 1 ਰੁਪਿਆ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ 99 ਰੁਪਏ ਬੱਚਿਓ 78 ਅਤੇ 21 ਦਾ ਜੋੜ 99 ਹੈ ਪਿਆਰੇ ਬੱਚਿਓ ਕਾਰ ਦੇ ਕੰਮ ਵਿੱਚ ਤੁਸੀਂ ਪੰਨਾ ਨੰਬਰ 62 ਤੇ ਸਵਾਲ ਨੰਬਰ 1 2 3 ਅਤੇ 4 ਨੂੰ ਹੱਲ ਕਰਨਾ ਹੈ ਧੰਨਵਾਦ